ਸਾਡੀ ਫਿਲਮ ਨਿੱਕਾ ਜ਼ੈਲਦਾਰ 3 ਦਾ ਟ੍ਰੇਲਰ ਰਿਲੀਜ਼ ਹੋ ਚੁੱਕਾ ਗਾਇਸ। ਸਤਿ ਸ਼੍ਰੀ ਅਕਾਲ ਜੀ, ਮੈਂ ਲਕਸ਼ਦਾ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਐਮੀ ਵਿਰਕ ਇੱਕ ਅਜਿਹਾ ਪੰਜਾਬੀ ਸਿੰਗਰ ਤੇ ਐਕਟਰ ਜਿਸ ਦੀ ਸਿੰਗਿੰਗ ਦੇ ਨਾਲ ਨਾਲ ਲੋਕ ਉਸ ਦੀ ਐਕਟਿੰਗ ਨੂੰ ਵੀ ਬੇਹੱਦ ਪਸੰਦ ਕਰਦੇ ਨੇ, ਤਾਂ ਹੀ ਤਾਂ ਉਹਨਾਂ ਦੀ ਮੂਵੀਜ਼ ਦੇ ਅਕਸਰ ਸਾਨੂੰ ਸੀਕੁਅਲਸ ਦੇਖਣ ਨੂੰ ਮਿਲਦੇ ਹੀ ਰਹਿੰਦੇ ਨੇ। ਗੱਲ ਕਰੀਏ ਹੁਣ ਮੂਵੀ ਨਿੱਕਾ ਜੈਲਦਾਰ ਦੀ, ਜਿਸ ਦਾ 3rd ਪਾਰਟ ਸਾਨੂੰ 20 ਸਪਟੰਬਰ ਨੂੰ ਦੇਖਣ ਨੂੰ ਮਿਲ ਰਿਹਾ। ਉਸ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਤੇ ਉਸ ਦੇ ਟ੍ਰੇਲਰ ਨੂੰ ਦੇਖ ਕੇ ਲੋਕ ਤਾਂ ਬਹੁਤ ਤਾਰੀਫ ਕਰ ਹੀ ਰਹੇ ਨੇ, ਨਾਲ ਨਾਲ ਗੈਰੀ ਸੰਧੂ ਨੇ ਕਿੰਨੀ ਤਾਰੀਫ ਕੀਤੀ ਹੈ ਤੁਸੀਂ ਆਪ ਹੀ ਦੇਖੋ ਇਸ ਵੀਡੀਓ ਦੇ ਵਿੱਚ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਤੇ ਸਾਡੀ ਫਿਲਮ ਨਿੱਕਾ ਜੈਲਦਾਰ 3 ਦਾ ਟ੍ਰੇਲਰ ਰਿਲੀਜ਼ ਹੋ ਚੁੱਕਾ ਗਾਇਸ। ਤੁਸੀਂ ਵਿੰਡੋ ਨੂੰ ਸਵਾਈਪ ਅਪ ਕਰੋ ਤੇ ਸਾਨੂੰ ਵੇਖ ਕੇ ਜ਼ਰੂਰ ਦੱਸਿਓ ਤੁਹਾਨੂੰ ਟ੍ਰੇਲਰ ਕਿਦਾਂ ਦਾ ਲੱਗਿਆ। ਥੈਂਕ ਯੂ ਸੋ ਮਚ ਗਾਇਸ। ਕਿਵੇਂ ਲੱਗਿਆ ਟ੍ਰੇਲਰ? ਬਹੁਤ ਗੈਂਟ ਸੱਟਾ ਕੰਮ ਬਾਲੇ ਕੇ ਜਦ ਮੈਨੂੰ ਆਉਂਦਾ ਨਹੀਂ, ਪਰ ਮੈਨੂੰ ਅੱਜ ਅਕਸਰ ਸਵਾਈਪ ਅਪ ਕਰਿਓ ਗਾਇਸ, ਸਵਾਈਪ ਅਪ। ਯਾ ਬੇਬੀ, ਯਾ ਬੇਬੀ। ਇਸ ਮੂਵੀ ਨੂੰ ਦੇਖਣ ਲਈ ਤੁਸੀਂ ਕਿੰਨੇ ਕੁ ਐਕਸਾਈਟਿਡ ਹੋ ਸਾਨੂੰ ਜ਼ਰੂਰ ਦੱਸੋ ਕਮੈਂਟ ਕਰਕੇ ਕਮੈਂਟ ਬਾਕਸ ਦੇ ਵਿੱਚ, ਤੇ ਹੋਰ ਲੇਟੈਸਟ ਨਵੇਂ ਅਪਡੇਟ ਲਈ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ। ਤੇ ਸਾਡੀ ਫਿਲਮ ਨਿੱਕਾ ਜੈਲਦਾਰ 3 ਦਾ ਟ੍ਰੇਲਰ ਰਿਲੀਜ਼ ਹੋ ਚੁੱਕਾ ਗਾਇਸ। ਹੈਲੋ ਫਰੈਂਡਸ, ਮਾਈ ਨੇਮ ਇਜ਼ ਪ੍ਰਣੇ ਐਂਡ ਆਈ ਐਮ ਅ ਸਟੂਡੈਂਟ ਐਂਡ ਓਨਲੀ 20 ਇਅਰਸ ਓਲਡ। ਬੋਡੀਫੈਬ ਮੈਡੀਕਲ ਵੇਟ ਲੋਸ ਕਲੀਨਿਕ ਜੁਆਇਨ ਕਰਨੇ ਸੇ ਪਹਿਲੇ ਆਈ ਵਾਸ ਵੇਇੰਗ ਅਰਾਊਂਡ 106 kgs। ਆਫਟਰ ਜੁਆਇਨਿੰਗ ਬੋਡੀਫੈਬ I have seen a drastic change. To slash down my weight to 85 kgs to lead a very healthy and active lifestyle. Right decision and join BodyFab Medical Weight Loss Clinic.